ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਮੂਕ ਉਚਰਹਿ ਸ਼ਾਸਤਰ ਖੱਟ ਪਿੰਗ ਗਿਰਨ ਜੜ ਜਾਏ ਅੰਧ ਲਖੈ ਬਦਲੋ ਸੁਨੈ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਜਿਉਂ ਬੁਲਾਵੈ ਤਿਉਂ ਬੋਲੈ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ ਪਹਿਲਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਗਤ ਪ੍ਰੇਮ ਮੁਰਾਦ ਤਿੰਨ ਸਚ ਪਿਆਸ ਕਰਮ ਇਥਮ ਮਿਲਲਾਪ ਮਿਲਲ ਬਿਨੰਤੀਆ ਸੁਖ ਭਾਇ ਚਿਤ ਇਥਮ ਭਗਤ ਪ੍ਰੇਮ ਰਾਗ ਤਿੰਨ ਸਚ ਪਿਆਸ ਕਰਮ ਇਥਮ ਮਿਲਲਾਪ ਮਿਲਲ ਸੁਖ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਜੁਗੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਰ ਧੰਨ ਧੰਨ ਸਾਹਿਬ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਰ ਉਪਕਾਰੀ ਧਰਮ ਰੱਖਿਅਕ ਸ਼ਹੀਦ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਭਜਨ ਬੰਦਗੀ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਵਿਖੇ
ਅੰਮ੍ਰਿਤ ਵੇਲੇ ਦੇ ਸਮੇਂ ਤੋਂ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਦਰਸ਼ਨ ਦਾਰੇ ਕਰਕੇ ਲਾਹਾ ਪ੍ਰਾਪਤ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਬਖਸ਼ਿਸ਼ ਦਾ ਸਦਕਾ ਸਮਾਂ ਪ੍ਰਾਪਤ ਹੋਇਆ ਹੈ ਸੰਗਤ ਕਰਨ ਦਾ। ਮਹਾਰਾਜ ਜੀ ਨੇ ਬਾਲ ਉਦਮ ਬਖਸ਼ ਕੇ ਆਪਣੇ ਚਰਨਾਂ ਦੀ ਹਜ਼ੂਰੀ ਹਾਜ਼ਰੀ ਬਖਸ਼ੀ ਹੈ। ਪਵਿੱਤਰ ਗੁਰਬਾਣੀ ਦੇ ਕੀਰਤਨ ਆਪ ਜੀ ਨੇ ਗੁਰੂ ਕੇ ਕੀਰਤਨੀਆਂ ਪਾਸੋਂ ਸਰਵਣ ਕੀਤੇ ਹਨ। ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਦੇ ਵਿੱਚ ਹਾਜ਼ਰੀ ਭਰੀਏ, ਰਸਨਾ ਕਰੋ ਪਵਿੱਤਰ ਆਓ ਹਾਜ਼ਰੀ। ਸਭ ਮਾਈ ਭਾਈ ਗੁਰਸਿੱਖ ਸੰਗਤਾਂ ਪਿਆਰ ਵਿੱਚ ਜਾ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਮਹਲਾ ਪਹਿਲਾ ਘਰ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਭਗਤ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਰਮ ਪਵਿੱਤਰ ਅੰਗ 505 ਹੈ। ਗੁਜਰੀ ਰਾਗ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਪਵਿੱਤਰ ਬਾਣੀ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੂੰ ਇੱਕ ਦੱਖਣੀ ਪੰਡਿਤ ਮਿਲਿਆ। ਉਹਨੇ ਬੇਨਤੀ ਕੀਤੀ ਵੀ ਮਹਾਰਾਜ ਪਰਮੇਸ਼ਰ ਨੂੰ ਕਿਵੇਂ ਆਰਾਧਨਾ ਚਾਹੀਦਾ ਹੈ। ਕਾਂਛੀ ਦੇ ਵਿੱਚ ਵੀ ਕਾਂਛੀ ਦੇ ਪੰਡਿਤ ਮਿਲੇ, ਇੱਦਾਂ ਦਾ ਵੀ ਜ਼ਿਕਰ ਆਉਂਦਾ ਹੈ। ਭਾਵ ਹੈ ਵੀ ਵਿਦਵਾਨ ਦੇ ਰਾਹੀਂ ਮਹਾਰਾਜ ਨੇ ਸਰਬ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ। ਗੁਜਰੀ ਮਹੱਲਾ ਪਹਿਲਾ, ਗੁਜਰੀ ਰਾਗ ਦਾ ਨਾਮ ਹੈ, 5ਵਾਂ ਰਾਗ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ ਘਰ ਚੌਥਾ, ਚੌਥੇ ਘਰ ਸੁਰਤਾਲ ਦੇ ਅੰਦਰ ਪਾਵਨ ਬਾਣੀ ਗਾਇਨ ਕਰਨ ਦੀ ਆਗਿਆ ਹੈ ਮਹਾਰਾਜ ਜੀ ਦੀ। ਮੰਗਲਾਚਰਨ ਕਰਦੇ ਨੇ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਅਦੁੱਤੀ ਪਰਮੇਸ਼ਰ, ਓਅੰਕਾਰ ਸਰਬ ਦਾ ਪ੍ਰਕਾਸ਼ਕ, ਸਤਿਗੁਰਾਂ ਦੀ ਕਿਰਪਾ ਦੇ ਦੁਆਰਾ ਪ੍ਰਾਪਤ ਹੁੰਦਾ ਹੈ। ਸਤਿਗੁਰੂ ਦੀ ਪ੍ਰਸਾਦ, ਸਤਿਗੁਰੂ ਦੀ ਕਿਰਪਾ, ਜੋ ਗੁਰੂ ਦਾ ਬਚਨ ਮੰਨੇ, ਗੁਰਾਂ ਦੀ ਆਗਿਆ 'ਚ ਚੱਲੇ, ਉਹਦੇ 'ਤੇ ਹੁੰਦੀ ਹੈ। ਜੋ ਗੁਰੂ ਸਾਹਿਬ ਜੀ ਦੀ ਰਜ਼ਾ ਵਿੱਚ ਰਾਜੀ ਰਹੇ ਉਹਤੇ ਮਹਾਰਾਜ ਪ੍ਰਸੰਨ ਹੁੰਦੇ ਨੇ, ਕਿਰਪਾਲੂ ਹੁੰਦੇ ਹਨ। ਅਤੇ ਜਿਹਦੇ ਉੱਤੇ ਸਤਿਗੁਰੂ ਜੀ ਕਿਰਪਾਲੂ ਹੁੰਦੇ ਨੇ ਉਹਨੂੰ ਫਿਰ ਇੱਕ ਓਅੰਕਾਰ ਦੀ ਪ੍ਰਾਪਤੀ ਹੁੰਦੀ ਹੈ। ਇਹ ਤਾਂ ਹੁਣ ਆਪਾਂ ਵੇਖਣਾ ਹੈ ਵੀ ਅਸੀਂ ਗੁਰੂ ਸਾਹਿਬ ਜੀ ਦੀ ਆਗਿਆ ਵਿੱਚ ਚੱਲਦੇ ਹਾਂ ਜਾਂ ਨਹੀਂ ਚੱਲਦੇ। ਮਹਾਰਾਜ ਸਾਹਿਬ ਜੀ ਦੇ ਅਨੁਸਾਰ ਸਾਡਾ ਜੀਵਨ ਹੈ।
ਤੇ ਜਿਨ੍ਹਾਂ ਦਾ ਹੈ ਉਹਨਾਂ ਦੇ ਫਿਰ ਮਹਾਰਾਜ ਦੀ ਕਿਰਪਾ ਹੁੰਦੀ ਹੈ, ਵਿਰਲੇ ਹੁੰਦੇ ਨੇ ਜਾਣ, ਤੇ ਜਿਨ੍ਹਾਂ ਦੀ ਕਿਰਪਾ ਹੁੰਦੀ ਹੈ ਉਹਨਾਂ ਨੂੰ ਇੱਕ ਓਅੰਕਾਰ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ। ਉਹ ਪਰਮੇਸ਼ੁਰ ਵਾਹਿਗੁਰੂ ਨੂੰ ਫਿਰ ਸਾਰਿਆਂ ਦੇ ਵਿੱਚ ਵੇਖਦੇ, ਅਨੁਭਵ ਕਰਦੇ ਹਨ। ਮਹਾਰਾਜ ਜੀ ਉਹ ਪੰਡਿਤ ਨੂੰ ਸੰਬੋਧਨ ਕਰਕੇ ਸਾਨੂੰ ਉਪਦੇਸ਼ ਦੇ ਰਹੇ ਨੇ। ਉਹਨੇ ਕਿਹਾ ਮਹਾਰਾਜ ਆਰਾਧਨਾ ਕੇ ਜਾਈਦਾ। ਸਾਹਿਬ ਜੀ ਕਹਿੰਦੇ ਭਗਤ ਪ੍ਰੇਮ ਆਰਾਧਤੰ, ਕਹਿੰਦੇ ਭਾਈ ਭਾਵਨਾ ਬਣਾ ਕੇ, ਸਰੀਰ ਕਰਕੇ ਤੇ ਬਾਣੀ ਕਰਕੇ ਵਾਹਿਗੁਰੂ ਦੀ ਭਗਤ ਪ੍ਰੇਮ ਪ੍ਰੇਮਾ ਭਗਤੀ ਕਰੇ ਤੇ ਪ੍ਰੇਮਾ ਭਗਤੀ ਦੁਆਰਾ ਆਰਾਧਤੰ ਵਾਹਿਗੁਰੂ ਨੂੰ ਆਰਾਧਨਾ ਕਰੇ, ਯਾਦ ਕਰੇ ਬਾਣੀ ਕਰਕੇ ਵੀ ਤੇ ਸਰੀਰ ਕਰਕੇ ਵੀ ਅਤੇ ਜਿੱਥੇ ਬਾਣੀ ਕਰਕੇ ਸਰੀਰ ਕਰਕੇ ਪ੍ਰੇਮ ਭਗਤੀ ਕਰਦਿਆਂ ਆਰਾਧਨਾ ਹੈ, ਮਨ ਕਰਕੇ ਵੀ ਸੱਚ ਪਿਆਸ ਸੱਚੇ ਵਾਹਿਗੁਰੂ ਦੇ ਦਰਸ਼ਨਾਂ ਦੀ ਹੀ ਪਿਆਸ ਲੱਗੀ ਰਹੇ ਅੰਦਰ, ਤੇ ਮਨ ਕਰਕੇ ਵੀ ਪਰਮ ਹਿਤ ਪਰਮ ਹਿਤ ਬਹੁਤਾ ਹੀ ਅੰਦਰੋਂ ਪ੍ਰੇਮ ਕਰਨਾ ਕਰੇ ਵਾਹਿਗੁਰੂ ਦੇ ਨਾਲ, ਵਾਹਿਗੁਰੂ ਨੂੰ ਅੰਦਰੋਂ ਯਾਦ ਕਰੇ। ਮਹਾਰਾਜ ਜੀ ਕਹਿੰਦੇ ਵੀ ਮਨ ਬਾਣੀ ਤੇ ਸਰੀਰ ਕਰਕੇ ਵਾਹਿਗੁਰੂ ਦੇ ਦਰਸ਼ਨਾਂ ਦੀ ਖਾਸ ਰੱਖ ਕੇ ਦਿਲ ਦੀਆਂ ਭਾਵਨਾ ਦੇ ਨਾਲ ਉਸ ਵਾਹਿਗੁਰੂ ਨੂੰ ਆਰਾਧਨਾ ਕਰ। ਜਾਂ ਕਹਿੰਦੇ ਜਿਹੜੇ ਪਰਮੇਸ਼ੁਰ ਦੇ ਭਗਤ ਨੇ ਨਾ, ਉਹ ਪਰਮੇਸ਼ੁਰ ਦੇ ਭਗਤ ਜਿਹੜੇ ਹਨ ਉਹਨਾਂ ਦੇ ਅੰਦਰ ਸੱਚੇ ਦੀ ਪਿਆਸ ਲੱਗੀ ਰਹਿੰਦੀ ਹਰ ਵੇਲੇ, ਤੇ ਬਹੁਤਾ ਉਹਨਾਂ ਦਾ ਵਾਹਿਗੁਰੂ ਦੇ ਨਾਲ ਅੰਦਰੋਂ ਪ੍ਰੇਮ ਹੁੰਦਾ ਤੇ ਪ੍ਰੇਮਾ ਭਗਤੀ ਕਰਦੇ ਆ। ਪਰਮੇਸ਼ੁਰ ਨੂੰ ਭਗਤ ਜਨ ਸਦਾ ਹੀ ਆਰਾਧ ਦੇ ਚੇਤੇ ਕਰਦੇ ਯਾਦ ਕਰਦੇ ਹਨ। ਫਿਰ ਵਾਹਿਗੁਰੂ ਨੂੰ ਮਹਾਰਾਜ ਸਾਹਿਬ ਜੀ ਕਹਿੰਦੇ ਪ੍ਰਾਪਤ ਕਰਨ ਦੇ ਲਈ ਕੀ ਯਤਨ ਹੋਰ ਕਰਨਾ, ਕਹਿੰਦੇ ਬਿਲਲਾਪ ਬਿਲਲ ਬੇਨੰਤੀ ਆ। ਬਿਲਲਾਪ ਬਿਲਲ ਕਹਿੰਦੇ ਵੀ ਵਰਲਾਪ ਹੀ ਵਰਲਾਪ ਕਰਦਿਆਂ ਹੋਇਆਂ ਬੇਨੰਤੀਆਂ ਬੇਨਤੀਆਂ ਕਰੇ ਵਾਹਿਗੁਰੂ ਜੀ ਦੇ ਅੱਗੇ। ਜਾਂ ਬਿਲਲ ਬਲੱਲਾ ਕਹਿ ਦਿੰਦੇ ਨੇ ਵੀ ਜਿਵੇਂ ਜਿਹੜਾ ਦੁੱਧ ਚੁੰਘ ਦਾ ਬਾਲਕ ਹੈ ਉਹਨੂੰ ਜੇ ਭੁੱਖ ਲੱਗੀ ਹੋਵੇ ਤੇ ਮਾਂ ਉਹਦੇ ਮੂੰਹ ਚੋਂ ਅਸਥਣ ਕੱਢ ਲਏ ਤੇ ਜਿਵੇਂ ਉਹ ਲਗਾਤਾਰ ਬਿਨਾਂ ਸਾਹ ਲਏ ਤੋਂ ਰੋਂਦਾ ਹੈ ਨਾ, ਆਂ ਆਂ ਕਰਕੇ ਉਹਨੂੰ ਬਲੱਲਾ ਪਾਉਣਾ ਕਹਿ ਦਿੰਦੇ ਹੈ। ਕਹਿੰਦੇ ਵੀ ਜਿੰਨਾ ਚਿਰ ਮਾਂ ਦਾ ਉਹਨੂੰ ਦੁੱਧ ਅੰਮ੍ਰਿਤ ਵਰਗਾ ਪ੍ਰਾਪਤ ਨਾ ਹੋਵੇ ਉਹਨਾਂ ਚਿਰ ਫਿਰ ਉਹ ਬੱਚਾ ਜਿਹੜਾ ਭੁੱਖਾ ਹੈ ਨਾ ਵਰਲਾਪ ਕਰਦਾ ਹੈ ਨਾ, ਬੱਚਾ ਰੋਣੋਂ ਨਹੀਂ ਹਟਦਾ, ਇੱਕ ਸਾਹ ਰੋਂਦਾ ਹੈ। ਜਦੋਂ ਉਹਦੇ ਮੂੰਹ ਦੇ ਵਿੱਚ ਦੁੱਧ ਪ੍ਰਾਪਤ ਹੋ ਜਾਵੇ ਤਾਂ ਫਿਰ ਚੁੱਪ ਹੁੰਦਾ। ਇਸੇ ਤਰ੍ਹਾਂ ਕਹਿੰਦੇ ਵੀ ਉਹ ਛੋਟੇ ਬੱਚੇ ਦੀ ਤਰ੍ਹਾਂ ਬਿਲਲਾਪ ਬਿਲਲ ਬਿਲੱਲਾ ਪਾ ਕੇ ਇੱਕ ਰਸ ਲਗਾਤਾਰ ਵਾਹਿਗੁਰੂ ਦੇ ਅੱਗੇ ਬਿਰਲਾਪ ਕਰੇ, ਬੇਨੰਤੀਆਂ ਬੇਨਤੀਆਂ ਕਰਦਾ ਰਹੇ ਜਿੰਨਾ ਚਿਰ ਮਾਲਕ ਦੀ ਪ੍ਰਾਪਤੀ ਕਿਰਪਾ ਨਾ ਹੋ ਜਾਵੇ। ਸੁਖ ਭਾਏ ਚਿਤ ਹਿਤੰ, ਜਦੋਂ ਚਿਤ ਦੇ ਹਿਤੰ ਹਿਤ ਦੇ ਨਾਲ ਪਰਮੇਸ਼ੁਰ ਨੂੰ ਯਾਦ ਕਰੇਗਾ, ਜੇ ਪਰਮੇਸ਼ੁਰ ਨੂੰ ਚਿਤ ਦੇ ਪਿਆਰ ਦੇ ਨਾਲ ਅੰਦਰ ਦੇ ਲਗਨ ਦੇ ਨਾਲ ਚੇਤੇ ਕਰਦੇ ਹਨ ਉਹਨਾਂ ਨੂੰ ਸੁੱਖ ਭਾਏ ਸੁੱਖ ਭਾਏ ਨਾਮ ਪ੍ਰਾਪਤ ਹੁੰਦਾ ਹੈ।
ਜਾਂ ਸੁਖ ਸਰੂਪ ਵਾਹਿਗੁਰੂ ਦਾ ਭਾਈ ਪ੍ਰਕਾਸ਼ ਪ੍ਰਾਪਤ ਹੋ ਜਾਂਦਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਜਪ ਮਨ ਨਾਮ ਹਰ ਸਰਣੀ, ਏਦਾਂ ਮਨ ਨੂੰ ਕਵੇ ਵੀ ਮਨਾ ਜਪਣਾ ਕਰ ਹਰੀ ਪਰਮੇਸ਼ਰ ਦੇ ਨਾਮ ਨੂੰ, ਉਸ ਵਾਹਿਗੁਰੂ ਦੀ ਸ਼ਰਨ ਦੇ ਚ ਪਾ ਕੇ ਰੱਖ ਆਪਣੇ ਆਪ ਨੂੰ, ਤੇ ਮਾਲਕ ਦੀ ਸ਼ਰਨ ਪੈ ਕੇ ਤਿਸ ਪਰਮੇਸ਼ਰ ਦਾ ਨਾਮ ਜਪ। ਸੰਸਾਰ ਸਾਗਰ ਤਾਰ ਤਾਰ ਤੇ ਬੇਨਤੀ ਕਰੋ ਨਾਲ ਨਾਲ ਵੀ ਇਹ ਵਾਹਿਗੁਰੂ ਜਿਹੜਾ ਇਹ ਸੰਸਾਰ ਹੈ ਸਮੁੰਦਰ ਦੀ ਨਿਆਈ ਹੈ, ਤੇ ਗਰੀਬ ਨਵਾਜ ਇਹ ਸਮੁੰਦਰ ਤੋਂ ਵੱਡੇ ਵੱਡੇ ਜਹਾਜ਼ ਤਰਦੇ ਹਨ ਤਾਰਦੇ ਹਨ, ਇਵੇਂ ਸੰਸਾਰ ਸਾਗਰ ਤਾਰ ਤਾਰਨ ਤਾਰਨ ਜਹਾਜ਼ ਦੀ ਨਿਆਈ ਮਹਾਰਾਜ ਜੀ ਸਾਨੂੰ ਸੰਸਾਰ ਸਮੁੰਦਰ ਤੋਂ ਤਾਰ ਦੇ ਪਾਰ ਕਰਦੇ ਹੋਣੀ। ਤੇ ਅੱਗੋਂ ਸਤਿਗੁਰੂ ਸਾਹਿਬ ਜੀ ਕਹਿੰਦੇ ਭਾਈ ਜੇ ਤੂੰ ਤਰਨਾ ਹੈ ਤਾਂ ਫਿਰ ਜਹਾਜ਼ ਤਾਂ ਨਾਮ ਹੀ ਹੈ, ਤੇ ਪਰਮੇਸ਼ਰ ਦਾ ਨਾਮ ਜਹਾਜ਼ ਹੈ। ਰਾਮ ਨਾਮ ਕਰ ਕਰਨੀ, ਰਾਮ ਨਾਮ ਹੈ ਉਚਾਰਨ ਕਰ ਪਰਮੇਸ਼ਰ ਦੇ ਨਾਮ ਨੂੰ, ਤੇ ਨਾਮ ਦੀ ਹੋਈ ਕਰਨੀ ਕਮਾਈ ਕਰ, ਨੇਕ ਕਰਨੀ ਕਰ, ਨਾਮ ਜਪ ਤੇ ਨੇਕ ਜੀਵਨ ਬਣਾ। ਨਾਮ ਜਪਦਿਆਂ ਭਗਤੀ ਰੂਪੀ ਕਰਨੀ ਕਮਾਈ ਕਰਦਿਆਂ ਤੂੰ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਂਗਾ। ਵਿਸ਼ਰਾਮ ਦੇ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਇਹ ਮਨ ਮਿਰਤ ਸੁਭ ਚਿੰਤਨ, ਤੇ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਵੀ ਇਹ ਜਿਹੜਾ ਤੇਰਾ ਮਨ ਹੈ ਨਾ, ਇਹ ਸ਼ੁਭ ਚਿੰਤਨੀ ਵੱਲੋਂ ਚਿੰਤਨ ਵੱਲੋਂ ਮਰਿਆ ਹੋਇਆ ਹੈ। ਜਾਂ ਆਪਣੇ ਮਨ ਨੂੰ ਕਵੇ ਵੀ ਹੇ ਮਨਾ, ਕਹਿੰਦੇ ਵੀ ਤੂੰ ਮਰਿਆ ਹੋਇਆ ਹੈ ਸ਼ੁਭ ਚਿੰਤਨ ਸ਼ੁਭ ਚਿਤਵਣੀ ਵੱਲੋਂ, ਸ਼ੁਭ ਚਿਤਵਣੀ ਨਹੀਂ ਕਰਦਾ, ਨਾਮ ਵੱਲੋਂ ਸੇਵਾ ਵੱਲੋਂ ਸਿਮਰਨ ਵੱਲੋਂ ਮਰਿਆ ਹੋਇਆ। ਤਾਂ ਜੇ ਕਹੇ ਵੀ ਕਿਹੜੀ ਸ਼ੁਭ ਚਿਤਵਣੀ ਹੁੰਦੀ ਹੈ, ਤਾਂ ਫਿਰ ਅੱਗੋਂ ਇੱਦਾਂ ਉੱਤਰ ਮਿਲਦਾ ਹੈ। ਕਹਿੰਦੇ ਗੁਰੂ ਮਹਾਰਾਜ ਜੀ ਦੇ ਸ਼ਬਦ ਉਪਦੇਸ਼ ਦੁਆਰਾ ਜੋ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਰਮਣ ਨੂੰ ਉਚਾਰਨ ਕਰਨਾ ਹੈ, ਇਹੀ ਸ਼ੁਭ ਚਿੰਤਨ ਗੁਰ ਸ਼ਬਦ ਹਰ ਰਮਣ ਅਰਥਵਾਦੇ। ਕਹਿੰਦੇ ਵੀ ਸ਼ੁਭ ਚਿਤਵਨੀ ਇਹੀ ਹੈ ਜੋ ਗੁਰ ਉਪਦੇਸ਼ ਦੁਆਰਾ ਹਰੀ ਪਰਮੇਸ਼ਰ ਦੇ ਨਾਮ ਦਾ ਉਚਾਰਨ ਕਰਨਾ ਹੈ, ਤੇ ਇਹਦਾ ਮਨ ਨੂੰ ਸੰਬੋਧਨ ਕਰੇ ਵੀ ਮਨਾ ਤੂੰ ਸ਼ੁਭ ਚਿਤਵਨੀ ਵੱਲੋਂ ਤੇ ਮਰਿਆ ਹੀ ਹੋਇਆ ਹੈ। ਇਹਨਾਂ ਜੀਵਾਂ ਦਾ ਜਿਹੜਾ ਮਨ ਹੈ ਨਾ, ਸਾਹਿਬ ਜੀ ਕਹਿੰਦੇ ਵੀ ਇਹ ਸ਼ੁਭ ਚਿਤਵਨੀ ਵੱਲੋਂ ਮਰਿਆ ਹੈ, ਕਦੀ ਵੀ ਸ਼ੁਭ ਵਿਚਾਰ ਇਹਨਾਂ ਦੇ ਅੰਦਰ ਨਹੀਂ ਆਉਂਦਾ, ਤੇ ਸ਼ੁਭ ਵਿਚਾਰ ਇਹੀ ਹੈ ਜਿਹੜਾ ਗੁਰੂ ਦੇ ਉਪਦੇਸ਼ ਨੂੰ ਸਰਵਣ ਕਰਨਾ, ਆਪਣੇ ਅੰਦਰ ਮਹਾਰਾਜ ਜੀ ਦੇ ਉਪਦੇਸ਼ ਨੂੰ ਵਸਾਉਣਾ ਧਾਰਨ ਕਰਨਾ, ਉਪਦੇਸ਼ ਦੇ ਅਨੁਸਾਰ ਫਿਰ ਸੋਚਣਾ ਅਤੇ ਪਰਮੇਸ਼ਰ ਦੇ ਨਾਮ ਨੂੰ ਸਵਾਸ ਸਵਾਸ ਜਪਣਾ। ਸਤਿਗੁਰੂ ਜੀ ਕਹਿੰਦੇ ਜਦੋਂ ਨਾਮ ਜਪੇਗਾ ਨਾ, ਪਰਮੇਸ਼ਰ ਦਾ ਨਾਮ ਜਪਦਿਆਂ ਮਤ ਤਤ ਗਿਆਨ, ਤਾਂ ਜਿਹੜੀ ਮਤ ਬੁੱਧੀ ਹੈ ਇਹਦੇ ਵਿੱਚ ਤਤ ਸਰੂਪ ਦਾ ਗਿਆਨ ਗਿਆਨ ਆ ਕੇ ਤੈਨੂੰ ਪ੍ਰਾਪਤ ਹੋ ਜਾਵੇਗਾ।
ਤਤ ਸਰੂਪ ਹੈ ਵਾਹਿਗੁਰੂ। ਤੇ ਵਾਹਿਗੁਰੂ ਦਾ ਗਿਆਨ ਪਰਮੇਸ਼ਰ ਦਾ ਨਾਮ ਜਪਦਿਆਂ ਸ਼ੁਭ ਚਤਵਨੀ ਕਰਦਿਆਂ ਤੈਨੂੰ ਪ੍ਰਾਪਤ ਹੋਵੇਗਾ। ਤੇਰਾ ਸਰੂਪ ਦਾ ਗਿਆਨ ਹੋਣਾ ਹੈ ਕਲਿਆਣ ਨਿਧਾਨੰ, ਇਹੀ ਕਲਿਆਣ ਮੁਕਤੀ ਦਾ ਨਿਧਾਨ ਖਜ਼ਾਨਾ ਹੈ। ਭਾਵ ਪਰਮੇਸ਼ਰ ਦੇ ਗਿਆਨ ਕਰਕੇ ਹੀ ਮੁਕਤੀ ਮਿਲਦੀ ਹੈ। ਜਿੰਨਾ ਚਿਰ ਵਾਹਿਗੁਰੂ ਦਾ ਗਿਆਨ ਨਹੀਂ ਉਨ੍ਹਾਂ ਚਿਰ ਕਿਸੇ ਪ੍ਰਕਾਰ ਦੀ ਜੀਵ ਦੀ ਬੰਦ ਖਲਾਸੀ ਨਹੀਂ ਹੁੰਦੀ। ਵਾਹਿਗੁਰੂ ਦੇ ਸਰੂਪ ਦਾ ਗਿਆਨ ਹੋ ਜਾਣਾ ਹੀ ਸਭ ਤਰ੍ਹਾਂ ਦੀਆਂ ਚਿੰਤਾਵਾਂ ਫਿਕਰਾਂ ਤੋਂ ਮੁਕਤੀ ਹੈ, ਜੰਮਣ ਮਰਨ ਈਰਖਾ ਦੁਵੈਸ਼ ਤੋਂ ਮੁਕਤੀ ਹੈ। ਇਸ ਕਰਕੇ ਨਾਮ ਜਪ ਕੇ ਸ਼ੁਭ ਚਤਵਨੀ ਦੇ ਨਾਲ ਮਤ ਦੇ ਤਤ ਸਰੂਪ ਦਾ ਗਿਆਨ ਪ੍ਰਾਪਤ ਹੁੰਦਾ ਹੈ। ਇਹਦੇ ਤਤ ਸਰੂਪ ਦੇ ਗਿਆਨ ਕਰਕੇ ਹੀ ਕਲਿਆਣ ਮੁਕਤੀ ਦਾ ਖਜ਼ਾਨਾ ਪ੍ਰਾਪਤ ਹੁੰਦਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਜੋ ਹਰੀ ਪਰਮੇਸ਼ਰ ਸਭ ਨੂੰ ਹਰੇ ਭਰੇ ਕਰਨ ਵਾਲਾ ਹੈ। ਮਹਾਰਾਜ ਕਹਿੰਦੇ ਉਸ ਹਰੀ ਵਾਹਿਗੁਰੂ ਦੇ ਨਾਮ ਨੂੰ ਹੀ ਮਨ ਕਰਕੇ ਸਦਾ ਰਮਣ ਉਚਾਰਨ ਕਰੇ, ਜਿੱਥੇ ਬਾਣੀ ਕਰਕੇ ਜਪਣਾ ਹੈ, ਜਿੱਥੇ ਸਰੀਰ ਜਪਣ ਵੱਲ ਲਾਉਣਾ ਹੈ, ਉੱਥੇ ਮਨ ਵੀ ਸਦਾ ਪਰਮੇਸ਼ਰ ਦੇ ਨਾਮ ਦੇ ਉਚਾਰਨ ਦੇ ਵਿੱਚ ਹੀ ਲਾਈ ਰੱਖੇ। ਕਿਉਂਕਿ ਹਰੀ ਨਾਮ ਦੇ ਪਰਮੇਸ਼ਰ ਦੇ ਨਾਮ ਉਚਾਰਨ ਵਿੱਚ ਜਿਹੜਾ ਮਨ ਲੱਗਾ ਰਹਿੰਦਾ, ਉਹਨਾਂ ਨੂੰ ਹੀ ਗਿਆਨ ਪ੍ਰਾਪਤ ਹੁੰਦਾ ਹੈ, ਉਹਨਾਂ ਨੂੰ ਹੀ ਕਲਿਆਣ ਕੇਵਲ ਮੋਖ ਪ੍ਰਾਪਤ ਹੁੰਦੀ ਹੈ। ਸਤਿਗੁਰੂ ਜੀ ਕਹਿੰਦੇ ਵੀ ਜੇ ਕੋਈ ਭਰਮ ਦਾ ਭਰਮਾਇਆ ਹੋਇਆ ਜੀਵ ਭਟਕਦਾ ਰਹਿੰਦਾ ਹੈ ਨਾ, ਜਿੰਨਾ ਚਿਰ ਭਰਮ ਹੋਵੇ ਤੇ ਇੱਧਰ ਉੱਧਰ ਧੱਕੇ ਖਾਂਦਾ ਹੈ। ਇਸੇ ਤਰ੍ਹਾਂ ਹੀ ਚੱਲ ਚਿੱਤ ਵਿੱਤ ਭਰਮਾ ਭਰਮਨ, ਜਿਹੜਾ ਇਹ ਜੀਵ ਹੈ ਇਹਦਾ ਚਿੱਤ ਵਿੱਤ ਮਾਇਆ ਦੇ ਵਿੱਚ ਕਹਿੰਦੇ ਚੰਚਲ ਹੋ ਕੇ ਤੇ ਹਰ ਵੇਲੇ ਭਰਮ ਦਾ ਹੀ ਭਰਮ ਦਾ ਰਹਿੰਦਾ ਹੈ। ਮਾਇਆ ਦੇ ਪਿੱਛੇ ਹੀ ਇਹਨੂੰ ਭਰਮਣ ਕਰਦਿਆਂ ਹੋਇਆ ਮਨ ਮਾਇਆ ਦੇ ਪਿੱਛੇ ਭਰਮ ਦਾ ਰਹਿੰਦਾ। ਚੱਲ ਚੰਚਲ ਹੈ ਨਾ ਚਿੱਤ, ਇਹ ਜਿਹੜਾ ਚੱਲ ਚਿੱਤ ਚਿੱਤ ਹਮੇਸ਼ਾ ਹੀ ਚੰਚਲ ਹੋਇਆ ਰਹਿੰਦਾ, ਟਿਕਾਓ ਵਿੱਚ ਨਹੀਂ ਆਉਂਦਾ। ਕਾਹਦੇ ਵਾਸਤੇ ਵਿੱਤ? ਵਿੱਤ ਕੀ ਹੈ? ਧਨ ਪਦਾਰਥ ਮਾਇਆ ਦਿਖਦੀ ਇਹਨੂੰ ਕੇਵਲ, ਤੇ ਇਹ ਮਾਇਆ ਦੇ ਭੁਲੇਖੇ ਦੇ ਵਿੱਚ ਭਰਮਾ ਭਰਮਨ ਜੰਮਣ ਮਰਨ ਦੇ ਚੱਕਰ ਦੇ ਪਿਆ ਰਹਿੰਦਾ ਹੈ। ਇੱਥੇ ਵੀ ਭਰਮ ਭੁਲੇਖੇ 'ਚ ਪਿਆ ਰਹਿੰਦਾ, ਸਰੂਪ ਦਾ ਨਿਰਣਾ ਨਹੀਂ ਕਰ ਪਾਉਂਦਾ। ਭਰਮ ਉਹ ਹੁੰਦਾ ਹੈ ਜਿੰਨਾ ਚਿਰ ਕਿਸੇ ਚੀਜ਼ ਦਾ ਨਿਰਣਾ ਨਾ ਹੋ ਪਾਉਣਾ, ਉਹਨੂੰ ਕਹਿੰਦੇ ਵੀ ਇਹਨੂੰ ਭਰਮ ਹੈ। ਇੱਕ ਗੱਲ ਦਾ ਫੈਸਲਾ ਨਾ ਕਰ ਸਕਣਾ, ਇੱਕ ਥਾਂ 'ਤੇ ਨਿਸ਼ਚਾ ਨਾ ਹੋ ਸਕਣਾ, ਜਾਂ ਅਸਲੀਅਤ ਕੁਝ ਹੋਰ ਹੋਣੀ ਅਤੇ ਸਮਝੀ ਕੁਝ ਹੋਰ ਜਾਣਾ, ਇਹ ਹੈ ਭਰਮ। ਜਿਵੇਂ ਮ੍ਰਿਗ ਤ੍ਰਿਸ਼ਨਾ ਦੀ ਉਦਾਹਰਨ ਆਪਾਂ ਕਈ ਵਾਰਾਂ ਸੁਣੀ ਹੈ ਵੀ ਉਹਨੂੰ ਭਰਮ ਪੈ ਗਿਆ ਮਾਰੂਥਲ ਦੇ ਵਿੱਚ ਚਮਕਦੀ ਹੋਈ ਰੇਤਾ ਨੂੰ ਪਾਣੀ ਲੱਗੀ, ਅਤੇ ਉਸ ਭਰਮ ਦੇ ਪੈ ਕੇ ਉਹ ਪਾਣੀ ਦੀ ਭਰਮ ਦਾ ਰਿਹਾ ਵੀ ਉੱਥੋਂ ਪਾਣੀ ਪੀਊਂਗਾ, ਅੱਗੇ ਗਿਆ ਪਾਣੀ ਹੋਰ ਦੂਰ ਦਿਖਦਾ, ਫਿਰ ਪਿਆਸਾ ਮਰ ਜਾਂਦਾ ਹੈ। ਇਸੇ ਤਰ੍ਹਾਂ ਇਹ ਜੀਵ ਨੂੰ ਸੰਸਾਰ ਸੱਚ ਨੂੰ ਪ੍ਰਤੀਤ ਹੋ ਰਿਹਾ ਹੈ ਵੀ ਇੱਕ ਭਰਮ ਹੈ। ਇਹ ਸੰਸਾਰ ਦੇ ਰਹਿੰਦਿਆਂ ਹੋਇਆਂ ਜੀਵ ਨੂੰ ਵਿਸ਼ੇ ਸੁੱਖ ਜਿਹੜੇ ਹਨ ਇਹ
ਆਪਣੇ ਵੱਲ ਖਿੱਚ ਰਹੇ ਨੇ। ਵਿਸ਼ਿਆਂ ਦਾ ਸੁੱਖ ਇਹ ਮਨੁੱਖ ਉੱਤਮ ਸੁੱਖ ਮੰਨੀ ਬੈਠਾ ਹੈ ਵੀ ਇਹਨੂੰ ਇੱਕ ਭਰਮ ਹੈ, ਜਦੋਂ ਕਿ ਸੰਸਾਰ ਦੇ ਵਿਸ਼ੇ ਸੁੱਖ ਸੁੱਖ ਰੂਪ ਘੱਟ ਨੇ ਅਤੇ ਦੁੱਖ ਰੂਪ ਜ਼ਿਆਦਾ ਹਨ। ਪਦਾਰਥਾਂ ਨੂੰ ਜਿਨ੍ਹਾਂ ਨੂੰ ਸੁੱਖ ਮੰਨਿਆ ਹੈ, ਸਰੀਰਾਂ ਨੂੰ ਜਿਹਨਾਂ ਨੂੰ ਸੁੱਖ ਰੂਪ ਮੰਨਿਆ, ਉਸ ਭਰਮ ਦੇ ਪੈ ਕਰਕੇ ਮਨੁੱਖ ਦੁਖੀ ਜ਼ਿਆਦਾ ਹੁੰਦਾ। ਅਤੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ, ਪੰਡਿਤ ਜੀ ਇਹ ਜਿਹੜਾ ਮਨੁੱਖ ਹੈ ਇਹ ਭਰਮੀ ਮਨੁੱਖਾਂ ਦੇ ਵਾਂਗ ਹਰ ਵੇਲੇ ਭਰਮ ਦਾ ਰਹਿੰਦਾ ਹੈ। ਇਹਦਾ ਚਿੱਤ ਧਨ ਦੀ ਇਕੱਤਰਤਾ ਕਰਨ ਦੇ ਲਈ ਹਰ ਵੇਲੇ ਚੰਚਲ ਹੋਇਆ ਰਹਿੰਦਾ ਹੈ। ਇੱਕ ਮਨੁੱਖ ਦੀ ਗੱਲ ਨਹੀਂ ਹੈ ਵੀ ਕੋਈ ਇੱਕ ਭਰਮ ਰਿਹਾ ਹੈ, ਕਿਸੇ ਇੱਕ ਦਾ ਚਿੱਤ ਚੰਚਲ ਹੈ। ਕਹਿੰਦੇ ਜੱਗ ਮੋਹ ਮਗਨ ਹਿਤਨ, ਸਾਰਾ ਜਿਹੜਾ ਜੱਗ ਹੈ ਉਹੀ ਮਹਾਰਾਜ ਸਾਹਿਬ ਜੀ ਕਹਿੰਦੇ ਮਾਇਆ ਦੇ ਮੋਹ ਦੇ ਵਿੱਚ ਮਗਨ ਹੋਇਆ, ਇਹਦੇ ਨਾਲ ਹੀ ਹਿਤਨ ਪ੍ਰੇਮ ਕਰ ਰਿਹਾ ਹੈ। ਇਹ ਤਾਂ ਸੰਸਾਰ ਦੇ ਪਦਾਰਥ ਮਾਇਆ ਇਹ ਤਾਂ ਗੁਜਰਾਨ ਸੀ ਨਾ, ਪਰ ਇਹਨੇ ਆਪਣਾ ਜੀਵਨ ਹੀ ਇਸ ਪਦਾਰਥਾਂ ਨੂੰ ਅਤੇ ਮਾਇਆ ਨੂੰ ਬਣਾ ਲਿਆ। ਜਿਹੜਾ ਹਿੱਤ ਪਰਮੇਸ਼ਰ ਦੇ ਨਾਲ ਕਰਨਾ ਸੀ, ਜਿਹੜਾ ਪ੍ਰੇਮ ਵਾਹਿਗੁਰੂ ਦੇ ਨਾਲ ਪਾਉਣਾ ਸੀ, ਉਹ ਹੁਣ ਪ੍ਰੇਮ ਮਾਇਆ ਨਾਲ ਹੈ ਅਤੇ ਸਾਰਾ ਜਗਤ ਹੀ ਮੋਹ ਵਿੱਚ ਪਿਆ ਹੋਇਆ, ਮਾਇਆ ਦੇ ਪਿੱਛੇ ਮਗਨ ਹੋ ਰਿਹਾ, ਮਸਤ ਹੋ ਰਿਹਾ ਹੈ। ਪਾਤਸ਼ਾਹ ਜੀ ਕਹਿੰਦੇ ਭਾਈ ਇਹ ਭਰਮ ਦਾ ਹੋਇਆ ਮਨ ਸਿਰ ਹੋ ਸਕਦਾ ਹੈ, ਉਹ ਕਿਵੇਂ ਸਿਰ ਨਾਮ, ਜੇ ਅਸਥਿਤ ਕਰਨਾ ਹੈ ਆਪਣੇ ਆਪ ਨੂੰ, ਮਨ ਨੂੰ ਜਾਂ ਜੀਵ ਜੰਮਣ ਮਰਨ ਤੋਂ ਰਹਿਤ ਹੋ ਕੇ ਤੇ ਅਸਥਿਤ ਹੋ ਸਕਦਾ ਹੈ ਵਾਹਿਗੁਰੂ ਦੇ ਸਰੂਪ ਦੇ ਵਿੱਚ, ਜੇ ਕਰਕੇ ਨਾਮ ਜਪੇ। ਸਿਰ ਨਾਮ ਭਗਤ ਦ੍ਰਿੜਨ ਮਤੀ, ਪਰਮੇਸ਼ਰ ਦੇ ਨਾਮ ਨੂੰ ਕਹਿੰਦੇ ਜਪਣਾ ਕਰੇ, ਨਾਮ ਜਪਣ ਕਰਕੇ ਅਸਥਿਤ ਹੋਵੇਗਾ, ਪ੍ਰੇਮ ਦੇ ਨਾਲ ਵਾਹਿਗੁਰੂ ਦੀ ਭਗਤੀ ਕਰੇ ਅਤੇ ਦ੍ਰਿੜਨ ਮਤੀ, ਦ੍ਰਿੜ ਮਤ ਅਚਲ ਮਤ ਅੜੋ ਕਰਕੇ ਨਾਮ ਜਪੇ। ਮਤ ਚੰਚਲ ਨਾ ਹੋਵੇ, ਮਤ ਦੇ ਜੇ ਕੋਈ ਫੁਰਨਾ ਆਇਆ ਕੋਈ ਗਿਆ, ਇੱਦਾਂ ਖਿਆਲ ਨਾ ਉਤਪੰਨ ਹੋਣ। ਆਪਣੀ ਮਤ ਨੂੰ ਦ੍ਰਿੜ ਪੱਕਿਆਂ ਕਰਕੇ, ਮਨ ਨੂੰ ਟਿਕਾ ਕੇ ਨਾਮ ਜਪਦਿਆਂ ਵਾਹਿਗੁਰੂ ਦੀ ਭਗਤੀ ਕਰੋ। ਸਤਿਗੁਰੂ ਸਾਹਿਬ ਜੀ ਦਾ ਜੋ ਵਾਕ ਹੈ ਨਾ, ਜੋ ਸਤਿਗੁਰਾਂ ਦੀ ਬਾਣੀ ਹੈ, ਸਤਿਗੁਰਾਂ ਦੀ ਬਾਣੀ ਦੁਆਰਾ ਸ਼ਬਦ ਰਤਨ, ਜੋ ਸ਼ਬਦ ਬ੍ਰਹਮ ਹੈ ਉਹਦੇ ਨਾਲ ਰਤਨ ਪ੍ਰੀਤੀ ਕਰੋ। ਜੋ ਗੁਰਾਂ ਦੇ ਬਚਨ ਹਨ, ਜੋ ਗੁਰਾਂ ਦੀ ਬਾਣੀ ਹੈ, ਗੁਰਾਂ ਦਾ ਸ਼ਬਦ ਹੈ, ਇਹੀ ਵਾਹਿਗੁਰੂ ਦੇ ਨਾਲ ਰਤਨ ਰਤੀ ਪ੍ਰੀਤੀ ਕਰਨ ਦਾ ਕਾਰਨ ਹੈ। ਗੁਰੂ ਦੀ ਬਾਣੀ ਹੀ ਵਾਹਿਗੁਰੂ ਨਾਲ ਪ੍ਰੇਮ ਪਾਉਣ ਦਾ ਕਾਰਨ ਹੈ, ਹੋਰ ਕੋਈ ਢੰਗ ਤਰੀਕਾ ਨਹੀਂ ਮਾਲਕ ਦੇ ਨਾਲ ਪ੍ਰੀਤੀ ਕਰਨ ਦਾ। ਇਹ ਕਰਕੇ ਗੁਰੂ ਦੇ ਵਾਕ ਦੁਆਰਾ ਸ਼ਬਦ ਬ੍ਰਹਮ ਦੇ ਵਿੱਚ ਪ੍ਰੀਤ ਕਰੇ। ਜਿੰਨਾ ਚਿਰ ਮਨੁੱਖ ਭਰਮ ਦਾ ਰਹੇਗਾ ਨਾ, ਭਟਕਣਾ ਦੇ ਵਿੱਚ ਪੈ ਕੇ, ਪਰਮਾਤ ਭਰਮ ਨਾ ਚੁੱਕਈ, ਭਰਮਦਿਆਂ ਹੋਇਆ ਤਾਂ ਭਰਮ ਦੂਰ ਨਹੀਂ ਹੁੰਦਾ। ਜੇ ਕੋਈ ਆਖੇ ਵੀ ਤੁਰੇ ਫਿਰੀਏ ਤੁਰੇ ਫਿਰੀਏ ਤੇ ਸਾਡੀ ਭਟਕਣਾ ਸਾਡਾ ਭਰਮ ਮੁੱਕ ਜਾਏਗਾ,
ਇਹਦੇ ਨਾਲ ਤਾਂ ਹੋਰ ਭਰਮ ਪੈਦਾ ਹੁੰਦਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਪਦਾਰਥਾਂ ਦੇ ਪਿੱਛੇ ਵਿਸ਼ਿਆਂ ਦੇ ਪਿੱਛੇ ਭਰਮਦਿਆਂ ਹੋਇਆ ਇਹ ਭਰਮ ਦੂਰ ਨਹੀਂ ਹੁੰਦਾ ਜਿਹੜਾ ਸੰਸਾਰ ਨੂੰ ਸੱਤ ਮੰਨਣਾ ਹੈ। ਤੇ ਜਿਹੜਾ ਇਹ ਜਗਤ ਹੈ ਸੰਸਾਰ ਇਹ ਜਗ ਜਨਮ ਵਿਆਦ ਖਪਨ ਸਾਰਾ ਜਗ ਸਾਰੇ ਜਗ ਦੇ ਜਿਹੜੇ ਜੀਵ ਹਨ ਇਹ ਮਾਇਆ ਦੇ ਮੋਹ ਦੇ ਵਿੱਚ ਲੱਗੇ ਹੋਣ ਕਰਕੇ ਭਰਮ ਦੇ ਭੁਲੇਖੇ ਵਿੱਚ ਪਏ ਹੋਣ ਕਰਕੇ ਵਿਆਦ ਕੀ ਹੈ ਆਦੀਆਂ ਵਿਆਦੀਆਂ ਉਪਾਧੀਆਂ ਲੜਾਈ ਝਗੜੇ ਕਲਾ ਕਲੇਸ਼ ਦੇ ਵਿੱਚ ਹੀ ਖਪਮ ਖਪਦੇ ਰਹਿੰਦੇ ਹਨ। ਇਹਨਾਂ ਨੂੰ ਜੰਮਣ ਤੇ ਮਰਨ ਦਾ ਗੇੜਾ ਬਣਿਆ ਰਹਿੰਦਾ ਹੈ। ਪਰਮਾਤ ਭਰਮ ਨਾ ਚੂਕਈ ਜਗ ਜਨਮ ਵਿਆਦ ਖਪਮ ਸਾਰਾ ਜਗਤ ਜੰਮਣ ਮਰਨ ਦੇ ਵਿਆਦ ਰੋਗ ਦੇ ਵਿੱਚ ਹੀ ਖਪਮ ਖਪਦਾ ਰਹਿੰਦਾ ਨਾਸ ਹੁੰਦਾ ਰਹਿੰਦਾ ਹੈ। ਜੇ ਉਹ ਸਾਧ ਸੰਗਤ ਰੂਪੀ ਅਸਥਾਨ ਹੈ ਨਾ ਪਰਮੇਸ਼ਰ ਹਰੀ ਵਾਹਿਗੁਰੂ ਦਾ, ਮਹਾਰਾਜ ਜੀ ਕਹਿੰਦੇ ਵੀ ਸਾਧ ਸੰਗਤ ਰੂਪੀ ਵਾਹਿਗੁਰੂ ਦਾ ਅਸਥਾਨ ਨੇ ਕੇਵਲੰ, ਕਹਿੰਦੇ ਕੇਵਲ ਸਾਧ ਸੰਗਤ ਰੂਪੀ ਅਸਥਾਨ ਹੀ ਨਿਸ਼ਚੇ ਕਰਕੇ ਜਿਹੜਾ ਸ਼ੁੱਧ ਹੈ ਸ਼ੁੱਧ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਏ। ਜਦੋਂ ਸਾਧ ਸੰਗਤ ਦੇ ਜਾ ਕੇ ਸਤ ਨਿਸ਼ਚੇ ਕਰਕੇ ਆਪਣੀ ਜਿਹੜੀ ਮਤੀ ਮਤ ਹੈ ਉਹਦੇ ਨਾਲ ਪਰਮੇਸ਼ਰ ਦੇ ਨਾਮ ਨੂੰ ਜਪਾਂਗੇ, ਨਿਸ਼ਚੇ ਕਰਕੇ ਮਤ ਵਿੱਚ ਵਾਹਿਗੁਰੂ ਦਾ ਜਦੋਂ ਸੰਗਤ ਵਿੱਚ ਨਾਮ ਵਸੇਗਾ ਤਪੰ ਤਾਂ ਪਰਮੇਸ਼ਰ ਦੇ ਨਾਮ ਬਰਾਬਰ ਹੋ ਤਪੰ ਤਪ ਕੋਈ ਨਹੀਂ ਸਭ ਤੋਂ ਵੱਡਾ ਕਹਿੰਦੇ ਤਪ ਇਹੀ ਹੈ ਜੋ ਸੰਗਤ ਦੇ ਚ ਮਿਲ ਕੇ ਨਿਸ਼ਚੇ ਨਾਲ ਵਾਹਿਗੁਰੂ ਦਾ ਨਾਮ ਜਪਣਾ ਹੈ। ਇਹ ਜਿਹੜਾ ਜਗਤ ਹੈ ਇਹ ਸਾਰੇ ਜਗਤ ਦਾ ਜਿਹੜਾ ਦੁੱਖ ਦਾ ਹੇਤ ਕਾਰਨ ਹੈ ਨਾ ਉਹ ਮੋਹ ਹੈ। ਮੋਹ ਦੇ ਕਾਰਨ ਇਹ ਸਾਰਾ ਜਗਤ ਸਭ ਜਗਤ ਦੇ ਜਿਹੜੇ ਜੀਵ ਹਨ ਦੁਖੀ ਹੋ ਰਹੇ ਨੇ। ਇਹੋ ਜਗ ਮੋਹ ਹੇਤ ਵਿਆਪਕੰ, ਮਹਾਰਾਜ ਸਾਹਿਬ ਜੀ ਕਹਿੰਦੇ ਮੋਹ ਦੇ ਮਾਇਆ ਦੇ ਹਿੱਤ ਕਰਕੇ ਜਿਹੜਾ ਜਗਤ ਹੈ ਇਹ ਵਿਆਪਿਆ ਹੋਇਆ ਹੈ। ਸਾਰੇ ਜਗਤ ਦੇ ਜੀਵ ਮਾਇਆ ਦੇ ਮੋਹ ਦੇ ਹਿੱਤ ਦੇ ਵਿੱਚ ਹੀ ਲੱਗੇ ਹੋਏ ਹਨ। ਇਹਦੇ ਨਾਲ ਜੇ ਸੁੱਖ ਮਿਲਦਾ ਹੋਵੇ ਤੇ ਫਿਰ ਤਾਂ ਆਖੀਏ ਵੀ ਚੱਲ ਕੋਈ ਨੀ, ਵੀ ਜੇ ਲੱਗੇ ਨੇ ਮਾਇਆ ਨਾ ਹਿੱਤ ਹੈ ਸੰਸਾਰ ਨਾ ਮੋਹ ਹੈ ਤਾਂ ਲੱਗੇ ਰਹਿਣ ਵੀ ਸੁਖੀ ਹੁੰਦੇ ਨੇ। ਪਰ ਪਾਤਸ਼ਾਹ ਕਹਿੰਦੇ ਸੁਖੀ ਹੁੰਦੇ ਨੀ ਵਿਚਾਰੇ, ਜਿੰਨਾ ਹੀ ਇਹ ਜਗਤ ਦੇ ਜੀਵਾਂ ਨੂੰ ਮਾਇਆ ਦਾ ਮੋਹ ਲੱਗਾ ਹੈ ਇਸ ਹਿੱਤ ਵਿੱਚ ਲੱਗਣ ਕਰਕੇ ਇਹਨਾਂ ਨੂੰ ਅਲਕ ਦੁੱਖ ਪ੍ਰਾਪਤ ਹੁੰਦਾ ਹੈ, ਓਨੇ ਹੀ ਜ਼ਿਆਦਾ ਦੁਖੀ ਹੁੰਦੇ ਹਨ। ਜੰਮਣ ਅਤੇ ਮਰਨ ਦਾ ਦੁੱਖ ਵੀ ਇਹਨਾਂ ਦਾ ਖਹਿੜਾ ਨਹੀਂ ਛੱਡਦਾ ਅਤੇ ਜਿੰਨਾ ਮਾਇਆ ਦਾ ਮੋਹ ਤੋਂ ਭਾਵ ਹੈ ਸੰਸਾਰ ਦੇ ਵਿੱਚ ਰੁਪਈਏ ਪੈਸੇ ਜ਼ਮੀਨ ਜਾਇਦਾਦ ਪਰਿਵਾਰ ਸੁੰਦਰਤਾ ਵਿਕਾਰ ਅਹੁਦਾ ਹਰ ਇੱਕ ਚੀਜ਼ ਮਾਇਆ ਦਾ ਰੂਪ ਹੈ, ਘਰ ਪਰਿਵਾਰ ਅਤੇ ਇਸ ਪਾਸੇ ਲੱਗ ਕੇ ਜਗਤ ਦੇ ਜੀਵ ਦੁਖੀ ਹੁੰਦੇ ਹੈ। ਕੋਈ ਕਹਿੰਦਾ ਮੈਂ ਸਾਰੀ ਉਮਰ ਬੜੀ ਕਮਾਈ ਕੀਤੀ ਮੇਰਾ ਘਰਦਿਆਂ ਮੁੱਲ ਨਹੀਂ ਪਾਇਆ, ਇਹ ਵੀ ਮਾਇਆ ਦੇ ਮੋਹ ਕਰਕੇ ਜੀਵ ਦੁਖੀ ਹੋਇਆ। ਕੋਈ ਕਿਸੇ ਤਰ੍ਹਾਂ ਕਹਿੰਦਾ ਮੈਂ ਫਲਾਨੇ 'ਤੇ ਭਰੋਸਾ ਕੀਤਾ, ਕੋਈ ਕੁਝ ਕਹਿੰਦਾ ਏ ਕੋਈ ਕੁਝ ਕਹਿੰਦਾ ਹੈ।
ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਵੀ ਜਿੰਨਾ ਹੀ ਜੀਵ ਸੰਸਾਰ ਦੇ ਮੋਹ ਦੇ ਵਿੱਚ ਲੱਗੇ ਹੋਏ ਹਨ ਉਹਨਾਂ ਹੀ ਇਹਨਾਂ ਜੀਵਾਂ ਨੂੰ ਦੁੱਖ ਅਧਿਕ ਜ਼ਿਆਦਾ ਤੋਂ ਜ਼ਿਆਦਾ ਦੁੱਖ ਹੁੰਦਾ ਹੈ ਅਤੇ ਜੰਮਣ ਅਤੇ ਮਰਨ ਦੇ ਗੇੜੇ 'ਚ ਪਏ ਰਹਿੰਦੇ ਹਨ। ਮਹਾਰਾਜ ਕੋਈ ਬਚਣ ਦਾ ਤਰੀਕਾ ਜੰਮਣ ਮਰਨ ਤੋਂ ਦੁੱਖ ਤੋਂ ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇੱਕੋ ਹੀ ਤਰੀਕਾ ਹੈ ਭਜ ਸਰਣ ਸਤਿਗੁਰ ਉਪਰ ਹੈ। ਭਜ ਕੇ ਜੇ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਪੈ ਜਾਣ ਤਾਂ ਇਹ ਜੀਵ ਉਭਰ ਸਕਦੇ ਹੈ, ਇਹ ਡੁੱਬਣ ਤੋਂ ਗਰਕ ਹੋਣ ਤੋਂ ਤਾਂ ਬਚ ਸਕਦੇ ਹਨ। ਪੰਡਿਤ ਕਹਿੰਦਾ ਮਹਾਰਾਜ ਫਿਰ ਤੁਹਾਡੇ ਤੋਂ ਵੱਡਾ ਹੋਰ ਸਤਿਗੁਰੂ ਕਿਹੜਾ ਹੈ, ਤੁਸੀਂ ਤਾਂ ਸਤਿਗੁਰੂ ਹੋ ਅਤੇ ਆਪ ਹੀ ਕਿਰਪਾ ਕਰਕੇ ਦੱਸੋ ਕਿ ਬਚੀਏ। ਤਾਂ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਹਰ ਨਾਮ ਰਿਧ ਰਮਣ, ਹਰੀ ਪਰਮੇਸ਼ਰ ਦੇ ਨਾਮ ਆਪਣੇ ਹਿਰਦੇ ਦੇ ਦਿਲ ਦੀਆਂ ਗਹਿਰਾਈਆਂ ਦੇ ਨਾਲ ਉਚਾਰਨ ਕਰ। ਗੁਰਮਤ ਨਿਚਲ ਮਨ ਮਨ, ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜੋ ਗੁਰੂ ਦੀ ਮੱਤ ਹੈ ਨਾ, ਗੁਰੂ ਦੀ ਸਿੱਖਿਆ, ਗੁਰੂ ਦੀ ਸਿੱਖਿਆ ਆਪਣੇ ਮਨ ਮੰਮਾ ਦੇ ਨੰਨੇ ਨੂੰ ਸਿਹਾਰੀਏ ਤੋਂ ਭਾਵ ਹੈ ਗੁਰੂ ਦੀ ਮੱਤ ਆਪਣੇ ਮਨ ਦੇ ਚ ਮੰਮਾ ਦੇ ਨੰਨੇ ਨੂੰ ਔਂਕੜ ਫੇਰ ਉਚਾਰਨ ਮਾਨੀ ਹੈ, ਜਿਸ ਤੋਂ ਭਾਵ ਹੈ ਆਪਣੇ ਮਨ ਦੇ ਚ ਮਨ ਮੰਨਣ ਕਾਰਨ। ਜਦੋਂ ਗੁਰੂ ਦੀ ਮੱਤ ਮਨ ਦੇ ਚ ਮੰਨੇਗਾ ਤਾਂ ਨਿਚਲ ਅਚਲ ਹੋ ਜਾਵੇਗਾ, ਚੱਲਣ ਤੋਂ ਡੋਲਣ ਤੋਂ ਰਹਿਤ ਹੋ ਜਾਵੇਗਾ ਤੇ ਮਨਨ ਸਹਿਜ ਵਿਚਾਰਨ, ਗੁਰੂ ਮਹਾਰਾਜ ਦੀ ਮੱਤ ਨੂੰ ਮਨਨ ਮੰਨਣ ਦਾ ਇਹ ਫਲ ਪ੍ਰਾਪਤ ਹੋਵੇਗਾ ਵੀ ਤੈਨੂੰ ਸਹਿਜ ਸਰੂਪ ਪਰਮੇਸ਼ੁਰ ਦੀ ਵਿਚਾਰਨ ਵਿਚਾਰ ਪ੍ਰਾਪਤ ਹੋ ਜਾਵੇਗੀ। ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਮਨ ਦੇ ਵਿੱਚ ਮੰਨਣ ਦੇ ਨਾਲ ਮਨ ਵਿੱਚ ਸਹਿਜ ਸਰੂਪ ਦੀ ਵਿਚਾਰ ਪ੍ਰਾਪਤ ਹੋ ਜਾਂਦੀ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਭਾਈ ਉਹ ਮਨ ਨਿਰਮਲ ਹੈ ਜਿਸ ਮਨ ਦੇ ਅੰਦਰ ਸੱਚ ਹੈ। ਜਗਤ ਦਾ ਜੀਵ ਕੋਈ ਨਹੀਂ ਕਹਿੰਦਾ ਵੀ ਮੇਰਾ ਮਨ ਮਾੜਾ ਹੈ, ਮੇਰਾ ਮਨ ਮੈਲਾ ਹੈ, ਮੇਰੇ ਮਨ 'ਚ ਖੋਟ ਹੈ, ਇੱਦਾਂ ਤਾਂ ਨਹੀਂ ਆਪਾਂ ਕਹਿੰਦੇ। ਹਰ ਕੋਈ ਇਹੀ ਕਹਿੰਦੇ ਹੈ ਵੀ ਸਾਡਾ ਤਾਂ ਵੇਖੋ ਵੀ ਮਨ ਸਾਫ਼ ਹੀ ਹੈ, ਸਾਡੇ ਦਿਲ ਵਿੱਚ ਤਾਂ ਨਹੀਂ ਕੋਈ ਵੀ ਕਿਸੇ ਪ੍ਰਤੀ ਬੁਰਿਆਈ। ਕਹਿੰਦੇ ਤਾਂ ਆਪਾਂ ਸਾਰੇ ਹੀ ਆਪਣੇ ਮਨ ਨੂੰ ਆਪਣੇ ਦਿਲ ਨੂੰ ਸਾਫ਼ ਚੰਗਾ ਹੀ ਹੈ, ਅਤੇ ਦੂਜੇ ਪ੍ਰਤੀ ਕਹਿ ਲੈਂਦੇ ਹਾਂ ਵੀ ਇਹ ਮਨ 'ਚ ਖੋਟ ਰੱਖਦਾ, ਇਹ ਮਨ ਦੇ ਵਿੱਚ ਫਰਕ ਹੈ। ਇਹ ਚਲੋ ਸੰਸਾਰ ਦੀਆਂ ਗੱਲਾਂ ਤਾਂ ਚੱਲਦੀਆਂ ਚਲਾਉਂਦੀਆਂ ਹੀ ਰਹਿਣੀਆਂ ਨੇ, ਕਿਸੇ ਨੇ ਕਹਿਣਾ ਉਹਦਾ ਮਨ ਮਾੜਾ ਹੈ, ਕਿਸੇ ਨੇ ਕਹਿਣਾ ਮੇਰਾ ਮਨ ਸਾਫ਼ ਹੈ, ਕੋਈ ਕਿਸੇ ਦਾ ਪੱਖ ਕਰਦਿਆਂ ਕਹਿੰਦਾ ਵੀ ਉਹ ਬੜਬੋਲਾ ਹੈ ਪਰ ਇਹਦੇ ਦਿਲ 'ਚ ਕੁਝ ਨਹੀਂ। ਮਹਾਰਾਜ ਜੀ ਕਹਿੰਦੇ ਵੀ ਇਹ ਕਹਿਣ ਕਹਾਉਣ ਦੀਆਂ ਗੱਲਾਂ ਨੇ ਪਰ ਅਸਲ ਨਿਸ਼ਾਨੀ ਕੀ ਹੈ, ਸੋ ਮਨ ਨਿਰਮਲ ਜਿਤ ਸਾਜ ਅੰਤਰ, ਕਹਿੰਦੇ ਉਹ ਮਨ ਨਿਰਮਲ ਪਵਿੱਤਰ ਸ਼ੁੱਧ ਹੈ ਜਿਸ ਮਨ ਦੇ ਸੱਚ ਸਰੂਪ ਵਾਹਿਗੁਰੂ ਵਸਿਆ ਹੈ, ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸਿਆ ਹੈ। ਅਤੇ ਤਾਂ ਹਰ ਇੱਕ ਬੰਦੇ ਨੂੰ ਪਤਾ ਲੱਗ ਹੀ ਜਾਂਦਾ ਵੀ ਮੇਰੇ ਮਨ 'ਚ ਕੀ ਵੱਸਦਾ। ਆਮ ਕਹਿੰਦੇ ਨੇ ਇਹਦੇ ਮਨ 'ਚ ਚੋਰ ਹੈ, ਇਹ ਤਾਂ ਹੁਣ ਵਾਹਿਗੁਰੂ ਜਾਣਦਾ, ਇਹ ਤਾਂ ਜਾਂ ਮਨੁੱਖ ਜਾਣਦਾ ਵੀ ਮਨ 'ਚ ਚੋਰ ਹੈ ਕਿ ਮਨ ਵਿੱਚ ਨਾਮ ਹੈ।
ਜਿਹਦੇ ਮਨ ਦੇ ਵਿੱਚ ਨਾਮ ਹੈ ਉਹੀ ਪਵਿੱਤਰ ਹੈ, ਉਹੀ ਨਿਰਮਲ, ਉਹੀ ਸ਼ੁੱਧ ਮਨ ਵਾਲਾ ਏ। ਗਿਆਨ ਰਤਨ ਸਾਰੰ, ਮਹਾਰਾਜ ਜੀ ਕਹਿੰਦੇ ਭਾਈ ਜੋ ਪਰਮੇਸ਼ੁਰ ਦਾ ਨਾਮ ਹੈ ਜਿਨ੍ਹਾਂ ਦੇ ਮਨ ਵਿੱਚ ਵਸਿਆ ਹੋਇਆ, ਉਹਨਾਂ ਨੂੰ ਪਰਮੇਸ਼ੁਰ ਦਾ ਗਿਆਨ ਜੋ ਰਤਨ ਦੀ ਨਿਆਈ ਸਾਰੰ ਸਭ ਤੋਂ ਸ੍ਰੇਸ਼ਟ ਹੈ, ਉਹ ਗਿਆਨ ਪ੍ਰਾਪਤ ਹੋਇਆ, ਬ੍ਰਹਮ ਦੀ ਸੋਝੀ ਉਹਨਾਂ ਨੂੰ ਹੋ ਆਉਂਦੀ ਹੈ। ਸਾਰੰਗ ਨਾਮ ਹੈ ਸ੍ਰੇਸ਼ਟ ਦਾ। ਰਤਨ ਵੀ ਅਮੋਲਕ ਵਸਤੂ ਨੂੰ ਹੀ ਕਹਿੰਦੇ ਨੇ, ਤੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਦਾ ਜੋ ਗਿਆਨ ਹੈ ਇਹ ਸ੍ਰੇਸ਼ਟ ਰਤਨ ਦੀ ਨਿਆਈ ਹੈ, ਤੇ ਜਿਨ੍ਹਾਂ ਨੇ ਮਨ ਚ ਨਾਮ ਵਸਾਇਆ ਉਹਨਾਂ ਨੂੰ ਵਾਹਿਗੁਰੂ ਦਾ ਗਿਆਨ ਪ੍ਰਾਪਤ ਹੁੰਦਾ ਏ। ਇਸ ਕਰਕੇ ਭਾਈ ਮਨ ਨੂੰ ਕਹੀਏ ਮਨਾ ਭਗਤੀ ਕਰ, ਪੈ ਭੈ ਭਾਏ ਭਗਤ। ਕਹਿੰਦੇ ਜਦੋਂ ਭੈ ਦੇ ਸੰਯੁਗਤ ਹੋ ਕਰਕੇ ਭਾਏ ਪ੍ਰੇਮ ਦੇ ਨਾਲ ਭਗਤ ਭਾਵ ਪ੍ਰੇਮਾ ਭਗਤੀ ਕਰੇਗਾ ਨਾ, ਤਾਂ ਭਵ ਜਲ ਮਨਾ ਦੇ ਮਨਾ ਤੋਂ ਸੰਸਾਰ ਸਮੁੰਦਰ ਤੋਂ ਜਿਹੜਾ ਭੈ ਦਾ ਇੱਕ ਜਲ ਦੇ ਪਦਾਰਥਾਂ ਨਾਲ ਭਰਿਆ ਹੋਇਆ ਇੱਥੋਂ ਤਰ ਜਾਵੇਗਾ, ਉਹਦੇ ਵਾਸਤੇ ਵਾਹਿਗੁਰੂ ਦਾ ਭੈ ਰੱਖਣਾ ਅਤੇ ਪਰਮੇਸ਼ੁਰ ਨਾਲ ਪ੍ਰੇਮ ਲਾਉਣਾ ਇਹ ਜ਼ਰੂਰੀ ਹੈ। ਇੱਕ ਜਿੰਨਾ ਚਿਰ ਭੈ ਨਹੀਂ ਹੋਵੇਗਾ ਬੰਦਾ ਮਾੜੀਆਂ ਕਰਤੂਤਾਂ ਕਰਨ ਤੋਂ ਨਹੀਂ ਹਟੇਗਾ। ਡਰ ਹੋਵੇ ਨਾ ਵੀ ਮੈਂ ਜੋ ਵੀ ਮਾੜਾ ਸੋਚੂੰਗਾ ਜਾਂ ਮਾੜਾ ਕਰੂੰਗਾ ਵਾਹਿਗੁਰੂ ਵੇਖਦਾ, ਅਤੇ ਹਿਸਾਬ ਕਿਤਾਬ ਦੇਣਾ ਪਵੇਗਾ। ਇੱਕ ਤਾਂ ਪਹਿਲਾਂ ਇਹ ਭੈ ਆਪਣੇ ਅੰਦਰ ਲੈ ਕੇ ਆਉਣਾ ਪਊ, ਜੇ ਅੰਦਰ ਡਰ ਨਹੀਂ ਹੈ, ਜੇ ਅੰਦਰ ਭੈ ਨਹੀਂ ਹੈ ਤਾਂ ਪਾਪ ਤੋਂ ਸੰਕੋਚ ਨਹੀਂ ਬੰਦਾ ਕਰਦਾ। ਅਤੇ ਮਹਾਰਾਜ ਕਹਿੰਦੇ ਪਹਿਲਾਂ ਤਾਂ ਭੈ ਹੋਵੇ ਤੇਰੇ ਵਿੱਚ ਵੀ ਪਰਮੇਸ਼ੁਰ ਨੂੰ ਲੇਖਾ ਦੇਣਾ ਪੈਣਾ ਹੈ, ਜੋ ਕਰਾਂਗਾ ਉਹ ਵਾਹਿਗੁਰੂ ਦੇ ਸਾਹਮਣੇ ਹੋ ਕੇ ਅਤੇ ਫਿਰ ਉਹਦਾ ਫਲ ਭੋਗਣਾ ਪਵੇਗਾ। ਅਤੇ ਦੂਜਾ ਫਿਰ ਭਾਈ ਪ੍ਰੇਮ ਹੋਵੇ ਵਾਹਿਗੁਰੂ ਨਾਲ, ਅਤੇ ਪ੍ਰੇਮ ਦੇ ਨਾਲ ਵਾਹਿਗੁਰੂ ਦੀ ਭਗਤੀ ਕਰੇ। ਜਿਹੜਾ ਭੈ ਦੇ ਸੰਯੁਗਤ ਹੋ ਕੇ ਪ੍ਰੇਮਾ ਭਗਤੀ ਕਰਨੀ ਹੈ ਮਨਾ, ਇਹਦੇ ਨਾਲ ਤੂੰ ਭੈ ਦਾ ਇੱਕ ਸੰਸਾਰ ਤੋਂ ਤਰ ਜਾਵੇਗਾ। ਆਪਣੇ ਚਿੱਤ ਨੂੰ ਹਰੀ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਲਾ ਕੇ ਰੱਖ, ਆਪਣੇ ਅੰਦਰ ਦੇ ਖਿਆਲ ਆਪਣਾ ਆਪ ਵਾਹਿਗੁਰੂ ਵਾਲੇ ਪਾਸੇ ਜੋੜ, ਚਿੱਤ ਨੂੰ ਮਾਲਕ ਦੇ ਚਰਨਾਂ ਦੇ ਨਾਲ ਲਾ। ਹਰ ਨਾਮ ਹਿਰਦੈ ਪਵਿੱਤਰ ਪਾਵਨ, ਹਰੀ ਪਰਮੇਸ਼ੁਰ ਦਾ ਨਾਮ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪ੍ਰਾਪਤ ਹੋਇਆ ਹੈ ਨਾ ਉਹ ਪਵਿੱਤਰ ਅਤੇ ਪਾਵਨ ਹੋ ਜਾਂਦੇ ਨੇ। ਜਦੋਂ ਤੇਰੇ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਨਾਮ ਵਸੇਗਾ ਅਤੇ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਵਸਣ ਕਰਕੇ ਤੂੰ ਪਵਿੱਤਰ ਪਾਵਨ ਹੋ ਜਾਏਗਾ, ਮਨ ਕਰਕੇ ਸਰੀਰ ਕਰਕੇ ਪਾਵਨ ਪਵਿੱਤਰ ਜਦੋਂ ਹੋਵੇਗਾ, ਫਿਰ ਤੇਰੇ ਅੰਦਰੋਂ ਬੇਨਤੀ ਨਿਕਲੇਗੀ, ਅਰਦਾਸ ਨਿਕਲੇਗੀ, ਵਾਹਿਗੁਰੂ ਇਹ ਜਿਹੜਾ ਮੇਰਾ ਸਰੀਰ ਹੈ ਇਹ ਵੀ ਤੇਰੀ ਹੀ ਸ਼ਰਨ ਦੇ ਵਿੱਚ ਪਿਆ ਹੋਇਆ ਹੈ, ਮੈਂ ਮਨ ਬਾਣੀ ਸਰੀਰ ਕਰਕੇ ਮਾਲਕ ਜੀ ਆਪ ਜੀ ਦੀ ਸ਼ਰਨ ਦੇ ਵਿੱਚ ਹਾਂ। ਸਤਿਗੁਰੂ ਸਾਹਿਬ ਜੀ ਕਹਿੰਦੇ ਲਭ ਖਾਣ ਦਾ, ਲੋਭ ਜੋੜਨ ਦਾ, ਤੇ ਲਹਿਰਾਂ ਤ੍ਰਿਸ਼ਨਾ ਦੀਆਂ,
ਇਹੀ ਪਾਰ ਨਹੀਂ ਆਉਣ ਦਿੰਦੀਆਂ। ਜਿਵੇਂ ਸਮੁੰਦਰ ਦੇ ਵਿੱਚ ਜਿੰਨੀਆਂ ਉੱਚੀਆਂ ਲਹਿਰਾਂ ਉੱਠਦੀਆਂ ਨੇ ਅਤੇ ਬੇੜੇ ਦਾ ਡੁੱਬਣਾ ਓਨਾ ਹੀ ਖਤਰਾ ਵੱਧ ਜਾਂਦਾ ਹੈ ਵੀ ਇਹ ਜਹਾਜ਼ ਇਹ ਬੇੜਾ ਕਿਤੇ ਡੁੱਬ ਨਾ ਜਾਵੇ। ਅਤੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਖਾਣ ਦਾ ਲੱਭ ਰਹਿੰਦਾ ਨਾ ਹਰ ਸਮੇਂ, ਖਾਣ ਦੇ ਲੱਭ ਦੇ ਵਿੱਚ ਮਨੁੱਖ ਉਹ ਵੀ ਵਸਤੂਆਂ ਖਾਂਦਾ ਹੈ ਜਿਹਦੀ ਇਹਦੇ ਸਰੀਰ ਨੂੰ ਲੋੜ ਹੀ ਨਹੀਂ ਹੈ। ਜਿਸ ਵਸਤੂ ਦੇ ਨਾਲ ਪਾਪ ਹੁੰਦਾ ਹੋਵੇ, ਜਿਸ ਵਸਤੂ ਦੇ ਖਾਣ ਨਾਲ ਮਨ ਦੇ ਉੱਤੇ ਅਸਰ ਪੈਂਦਾ ਹੋਵੇ, ਸਰੀਰ ਦੇ ਉੱਤੇ ਵੀ ਅਸਰ ਪੈਂਦਾ ਹੋਵੇ, ਉਹ ਚੀਜ਼ ਮਨੁੱਖ ਖਾਂਦਾ ਹੈ, ਭੱਜਦਾ ਏ। ਸਾਰੀ ਉਮਰ ਬੰਦੇ ਦੀ ਲੰਘ ਜਾਂਦੀ ਹੈ ਸੰਸਾਰੀ ਤੌਰ 'ਤੇ, ਜੇ ਗੱਲ ਕਰ ਲਈਏ ਨਾ ਸਾਰੀ ਉਮਰ, ਜਦੋਂ ਵੀ ਕਿਤੇ ਢਿੱਲਾ ਮੱਠਾ ਹੋਵੇ ਡਾਕਟਰ ਕੋਲ ਜਾਂਦਾ ਏ, ਅਤੇ ਜਦੋਂ ਡਾਕਟਰ ਕੋਲ ਜਾਂਦਾ ਉਹ ਕਹਿੰਦਾ ਆਹ ਨਹੀਂ ਖਾਣਾ ਉਹ ਨਹੀਂ ਖਾਣਾ, ਬੰਦਾ ਫਿਰ ਉਹੀ ਖਾਂਦਾ, ਫਿਰ ਬਿਮਾਰ ਹੁੰਦਾ, ਫਿਰ ਜਾਂਦਾ। ਉਹ ਕਹਿੰਦੇ ਇਸ ਚੀਜ਼ ਦਾ ਪਰਹੇਜ਼ ਰੱਖੋ, ਆਹ ਵਸਤੂ ਨਹੀਂ ਖਾਣੀ, ਫਿਰ ਖਾਂਦਾ ਏ। ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜਿੰਨਾ ਚਿਰ ਲੱਭ ਹੀ ਨਹੀਂ ਅੰਦਰੋਂ ਗਿਆ ਬੰਦੇ ਦੇ, ਤਾਂ ਉਹਨਾਂ ਚਿਰ ਦੱਸੋ ਵੀ ਇਹ ਕਿਵੇਂ ਸੰਸਾਰ ਤੋਂ ਪਾਰ ਹੋ ਸਕਦਾ, ਕਿਉਂਕਿ ਜਿਹੜਾ ਲੱਭ ਹੈ ਵੀ ਲਹਿਰਾਂ ਦੀ ਨਿਆਈ ਹੈ। ਖਾਣ ਦਾ ਲੱਭ ਬਣਿਆ ਰਹਿੰਦਾ ਅਤੇ ਉਸ ਲੱਭ ਦੇ ਵਿੱਚ ਗਲਤ ਚੀਜ਼ਾਂ ਖਾਂਦਾ, ਵਿਵਰਜਿਤ ਚੀਜ਼ਾਂ ਖਾਂਦਾ ਹੈ। ਜਿਹੜੀ ਚੀਜ਼ ਮਹਾਰਾਜ ਸਾਹਿਬ ਜੀ ਖਾਣ ਤੋਂ ਮਨ੍ਹਾ ਕਰਦੇ ਨੇ ਉਹ ਭੈੜੀਆਂ ਚੀਜ਼ਾਂ ਵੀ ਖਾਂਦਾ ਹੈ, ਲੱਭ ਵਿੱਚ ਆ ਕੇ ਦੂਜਿਆਂ ਦਾ ਖੋਹ ਕੇ ਵੀ ਖਾਂਦਾ ਹੈ, ਚੋਰੀ ਕਰਕੇ ਵੀ ਖਾਂਦਾ ਏ, ਬੇਈਮਾਨੀ ਕਰਕੇ ਵੀ ਖਾਂਦਾ ਹੈ। ਜਿਹੜੀ ਵਸਤੂ ਲੱਗਦਾ ਹੈ ਨਾ ਵੀ ਇਹ ਸਾਹਮਣੇ ਖਾਣ ਵਾਲੀ ਨਹੀਂ, ਉਹ ਲੁੱਕ ਕੇ ਵੀ ਖਾਂਦਾ ਹੈ। ਪਾਤਸ਼ਾਹ ਜੀ ਕਹਿੰਦੇ ਜਿਹੜਾ ਖਾਣ ਦਾ ਲੱਭ ਹੈ ਅਤੇ ਲੋਭ ਹੈ ਪਦਾਰਥਾਂ ਦੇ ਜੋੜਨ ਦਾ, ਆਹ ਵੀ ਮੇਰੇ ਭੋਵੇ ਆਹ ਵੀ ਮੇਰੇ ਭੋਵੇ, ਅਤੇ ਤ੍ਰਿਸ਼ਨਾ ਦੀਆਂ ਲਹਿਰਾਂ ਉੱਠਦੀਆਂ ਨੇ ਉਛਾਲੇ ਮਾਰ ਰਹੀਆਂ ਨੇ, ਇਹਨਾਂ ਨੂੰ ਕਹਿੰਦੇ ਨਿਵਾਰਣੰ ਦੂਰ ਕਰ, ਆਪਣੇ ਅੰਦਰੋਂ ਤ੍ਰਿਸ਼ਨਾ ਦੂਰ ਕਰ, ਲੋਭ ਤਿਆਗ, ਲੱਭ ਤਿਆਗ। ਮਹਾਰਾਜ ਕਿਵੇਂ ਇਹ ਸੰਭਵ ਹੋ ਸਕਦਾ ਹੈ? ਤਾਂ ਪਾਤਸ਼ਾਹ ਕਹਿੰਦੇ ਜੋ ਹਰੀ ਪਰਮੇਸ਼ਰ ਦਾ ਨਾਮ ਹੈ ਨਾ ਇਹਨੂੰ ਰਾਸ ਪੂੰਜੀ ਆਪਣੇ ਮਨ ਦੇ ਵਿੱਚ ਮੰਨਣਾ ਕਰ ਵੀ ਵਾਹਿਗੁਰੂ ਦਾ ਨਾਮ ਹੀ ਸਭ ਤਰ੍ਹਾਂ ਦੇ ਪਦਾਰਥਾਂ ਵਿੱਚੋਂ ਉੱਤਮ ਪਦਾਰਥ ਹੈ, ਪਰਮੇਸ਼ਰ ਦਾ ਨਾਮ ਹੀ ਅੰਮ੍ਰਿਤ ਹੈ, ਨਾਮ ਹੀ ਉੱਤਮ ਹੈ। ਇਹ ਆਪਣੇ ਮਨ ਦੇ ਵਿੱਚ ਨਾਮ ਨੂੰ ਸ੍ਰੇਸ਼ਟ ਜਾਣ ਕੇ ਪੂੰਜੀ ਦੀ ਤਰ੍ਹਾਂ ਇਕੱਤਰ ਕਰ। ਜਦੋਂ ਇੱਦਾਂ ਮਨ ਦੇ ਵਿੱਚ ਨਾਮ ਦਾ ਪ੍ਰੇਮ ਪੈਦਾ ਹੋਵੇਗਾ ਫਿਰ ਲੱਭ ਲੋਭ ਸਭ ਤ੍ਰਿਸ਼ਨਾ ਮਿਟ ਜਾਵੇਗੀ। ਹੇ ਭਾਈ ਆਪਣੇ ਮਨ ਦੇ ਮੰਦੇ ਸੁਭਾਅ ਨੂੰ ਮਾਰ ਲਾ, ਮਨ ਦਾ ਮੰਦਾ ਸੁਭਾਅ ਮਾਰ ਲਿਆ ਤੇ ਤੂੰ ਵੇਖੇਗਾ ਵੀ ਤੂੰ ਹੀ ਨਿਰੰਜਣ ਦਾ ਸਰੂਪ ਹੈ, ਪਰਮੇਸ਼ਰ ਵਾਹਿਗੁਰੂ ਦੀ ਜੋਤ ਹੈ, ਤੈਨੂੰ ਪਤਾ ਲੱਗ ਜਾਏਗਾ। ਆਪਣੇ ਮਨ ਨੂੰ ਮਾਰ, ਮਨ ਦੇ ਮੰਦੇ ਸੁਭਾਅ ਨੂੰ ਮਾਰ, ਜਦੋਂ ਮਨ ਦੇ ਮੰਦੇ ਸੁਭਾਅ ਨੂੰ ਮਾਰ ਲਿਆ ਤਾਂ ਤੂੰ ਹੀ ਨਿਰੰਜਣ ਹੈ, ਤੂੰ ਹੀ ਵਾਹਿਗੁਰੂ ਦਾ ਸਰੂਪ ਹੈ, ਇਹ ਤੈਨੂੰ ਦਿਖਾਵੇਗਾ। ਤੇ ਮਹਾਰਾਜ ਜੀ ਇਹ ਮਨ ਦਾ ਮੰਦਾ ਸੁਭਾਅ ਕਿਵੇਂ ਮਰਦਾ ਹੈ? ਇਹ ਲੋਭ ਲੱਭ ਦੀਆਂ ਲਹਿਰਾਂ ਜਿਹੜੀਆਂ ਹਨ ਇਹ ਕਿਵੇਂ ਨਿਵਰਤ ਹੁੰਦੀਆਂ ਨੇ? ਨਾਮ ਦੀ ਦਾਤ ਕਿਵੇਂ ਪ੍ਰਾਪਤ ਹੁੰਦੀ ਹੈ?
ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਕਹੋ ਨਾਨਕਾ ਸਰਨੰ, ਕਹਿੰਦੇ ਭਾਈ ਪਰਮੇਸ਼ਰ ਦੀ ਸਰਨ ਲੈਣਾ ਕਰ, ਸਾਧ ਸੰਗਤ ਦੀ ਓਟ ਲੈ, ਸੰਗਤ ਦੇ ਵਿੱਚੋਂ ਹੀ ਨਾਮ ਮਿਲਦਾ ਹੈ ਅਤੇ ਨਾਮ ਜਪ ਕੇ ਹੀ ਕਲਿਆਣ ਹੁੰਦੀ ਹੈ, ਨਾਮ ਜਪ ਕੇ ਹੀ ਸ਼ੁੱਧ ਸਰੂਪ ਵਾਹਿਗੁਰੂ ਦੇ ਜਲੀਨ ਹੋਈਦਾ। ਇਸ ਕਰਕੇ ਸੰਗਤ ਨਾਲ ਮਿਲ ਕੇ ਜਪੋ ਵਾਹਿਗੁਰੂ 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 ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਦੱਖਣੀ ਪੰਡਤ ਨੂੰ ਪਰਮੇਸ਼ਰ ਦੇ ਆਰਾਧਨ ਦਾ ਉਪਦੇਸ਼ ਦਿੱਤਾ ਅਤੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ ਦੇ ਮਾਂ ਵਾਕ ਅਨੁਸਾਰ ਇਹ ਹੁਣ ਸਾਨੂੰ ਹੀ ਉਪਦੇਸ਼ ਹੈ ਵੀ ਇੱਦਾਂ ਮਨ ਬਾਣੀ ਸਰੀਰ ਕਰਕੇ ਪ੍ਰੇਮ ਭਾਵਨਾ ਦੇ ਨਾਲ ਵਾਹਿਗੁਰੂ ਦੀ ਭਗਤੀ ਕਰਨੀ ਹੈ। ਸਤਿਗੁਰੂ ਮਹਾਰਾਜ ਜੀ ਦਾ ਪਵਿੱਤਰ ਉਪਦੇਸ਼ ਵਿਚਾਰਦਿਆਂ ਹਰੇਕ ਭੁੱਲਾਂ ਗਲਤੀਆਂ ਹੋਈਆਂ ਮਹਾਰਾਜ ਜੀ ਦੇ ਸੰਗਤ ਬਖਸ਼ਣ ਹਾਰ ਹੈ, ਬਖਸ਼ ਲੈਣਾ ਮਨ ਮਾ